ਇਹੋ ਜਿਹੇ ਪ੍ਰੋਗਰਾਮਾਂ ਦਾ ਬਹੁਤ ਅਸਰ ਪੈਂਦਾ ਬੱਚਿਆਂ 'ਤੇ, ਔਰ ਮੇਰੇ ਖਿਆਲ 'ਚ ਸਭ ਤੋਂ ਨਾਜ਼ੁਕ ਉਮਰ ਹੀ ਸਕੂਲ ਵਾਲੀ ਏਜ ਹੈ ਜਦੋਂ ਬੰਦਾ ਗਲਤ ਰਸਤੇ ਤੁਰਦਾ। ਬਹੁਤ ਸਾਰੀਆਂ ਥਾਵਾਂ 'ਤੇ ਅਸੀਂ ਆਪ ਪਹੁੰਚ ਰਹੇ ਹਾਂ ਤਾਂ ਕਿ ਸਾਡਾ ਪੰਜਾਬ ਹੈ, ਸਾਡੇ ਪੰਜਾਬ ਦੇ ਬੱਚੇ ਨਸ਼ਿਆਂ ਤੋਂ ਬਚ ਸਕਣ। ਇੱਕ ਦੂਜੇ ਨੂੰ ਸੰਭਾਲੋ, ਆਪਣਾ ਆਪ ਸੰਭਾਲੋ, ਫਿਰ ਆਪਣੇ ਆਪ ਸਭ ਠੀਕ ਹੋ ਜਾਏਗਾ। ਅਸੀਂ ਬਲੇਮ ਗੇਮ ਨਾ ਖੇਡੀਏ ਵੀ ਆਹ ਜ਼ਿੰਮੇਵਾਰ ਹੈ, ਜ਼ਿੰਮੇਵਾਰ ਹੈ। ਹਰ ਇੱਕ ਨੂੰ ਪਤਾ ਕਿ ਨਸ਼ਾ ਮਾੜੀ ਚੀਜ਼ ਹੈ, ਹਰ ਇੱਕ ਨੂੰ ਪਤਾ ਕਿ ਇਹ ਵਿਕਣਾ ਨਹੀਂ। ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਇੱਕ ਸੁਪਨਾ ਹੈ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਕਰਨਾ ਹੈ, ਔਰ ਅਸੀਂ ਪੂਰੇ ਜਨਤਾ ਤੋਂ ਪੂਰੇ ਸਹਿਯੋਗ ਦੀ ਮੰਗ ਕਰਦੇ ਹਾਂ ਕਿ ਦੇਖੋ ਇਹ ਕਿਸੇ ਡਰੱਗ ਨੂੰ ਖਤਮ ਕਰਨਾ ਕਿਸੇ ਇੱਕ ਵਿਅਕਤੀ ਦਾ ਕੰਮ ਨਹੀਂ ਆ, ਇਹਦੇ 'ਤੇ ਇਹਨੂੰ ਇਹ ਮਾਸ ਮੂਵਮੈਂਟ ਜਿਹੜਾ ਆ ਉਹ ਬਣਾਉਣਾ ਪਊਗਾ। ਆਮ ਪ੍ਰੋਗਰਾਮ ਕੀ ਹੁੰਦੇ ਵੀ ਜਿੱਥੇ ਅਵੇਅਰਨੈਸ ਦਾ ਪ੍ਰੋਗਰਾਮ ਹੋਇਆ ਬਾਹਰ ਨਿਕਲੇ ਭੁੱਲ ਜਾਂਦੇ ਆ, ਉਹਦੇ 'ਚ ਹੁਣ ਇਹ ਸਪੈਸ਼ਲ ਜਿਹੜੀ ਅਸੀਂ ਇਹਦੇ 'ਚ ਚੀਜ਼ ਐਡ ਕੀਤੀ ਹੈ, 'ਚ ਫਲੈਗ ਅੱਜ ਰਿਲੀਜ਼ ਹੋਏਗਾ, ਔਰ ਉਹ ਫਲੈਗ ਜਾ ਕੇ ਬੱਚੇ ਆਪਣੇ ਘਰਾਂ 'ਤੇ ਲਵਾਉਣਗੇ ਜਾਂ ਜਿਹੜੇ ਪਾਰਟੀਸਪੈਂਟਸ ਨੇ। ਇਸ ਤੋਂ ਇਲਾਵਾ ਸਟਿੱਕਰ ਹੈ ਜਿਹੜੇ ਆਪਣੇ ਆਪਣੇ ਵਹੀਕਲ 'ਤੇ ਲਾਉਣਗੇ। ਉਹਦੇ ਨਾਲ ਕੀ ਹੈ ਕਿ ਇਹਦੀ ਸਸਟੇਨੇਬਿਲਟੀ ਲਗਾਤਾਰ ਤਾਂ ਬਣੀ ਰਹੇਗੀ, ਤੁਹਾਨੂੰ ਇੱਕ ਮੁਹਿੰਮ ਦਿਖੇਗੀ ਵੀ ਪੁਲਿਸ ਫੜ ਲੈਂਦੀ ਹੈ ਨਸ਼ਾ, ਹੋਰ ਸਪਲਾਈ ਚੇਨ ਤੋੜਦੀ ਹੈ। ਅਸੀਂ ਡਿਮਾਂਡ ਵੀ ਤੋੜਨੀ ਹੈ, ਉਹਦੇ 'ਚ ਡਾਕਟਰਸ ਨੂੰ ਸਾਰਿਆਂ ਨੂੰ ਅਸੀਂ ਇਸੇ ਕਰਕੇ ਬੁਲਾਇਆ। ਅੱਜ ਅੰਮ੍ਰਿਤਸਰ ਦੇ ਵਾਰ ਮੈਮੋਰੀਅਲ ਵਿਖੇ ਨਸ਼ਿਆਂ ਖਿਲਾਫ਼ ਜਾਗਰੂਕਤਾ ਸਮਾਰੋਹ ਕਰਵਾ ਕੇ ਬੱਚਿਆਂ ਨੂੰ ਸੇ ਨੋ ਟੂ ਡਰੱਗਸ ਦੇ ਝੰਡੇ ਫੜਾ ਕੇ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ਼ ਜਾਗਰੂਕ ਕਰਨ ਦਾ ਉਪਰਾਲਾ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਕੀਤਾ ਗਿਆ। ਇਸ ਮੌਕੇ ਸਮਾਰੋਹ ਵਿੱਚ ਕੈਬਨਿਟ ਮੰਤਰੀ ਪੰਜਾਬ ਹਰਭਜਨ ਸਿੰਘ ETO, ਵਿਧਾਇਕ ਇੰਦਰਬੀਰ ਸਿੰਘ ਨਿੱਜ ਅਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਅਤੇ ਗਏ ਗੁਰਨਾਮ ਭੁੱਲਰ ਉਚੇਚੇ ਤੌਰ 'ਤੇ ਪਹੁੰਚੇ। ਇਸ ਮੌਕੇ ਉਹਨਾਂ ਨੇ ਨਸ਼ਿਆਂ ਖਿਲਾਫ਼ ਜਾਗਰੂਕਤਾ ਫੈਲਾਉਂਦਿਆਂ ਜਾਗਰੂਕਤਾ ਦੀ ਗੱਲ ਕਰਦਿਆਂ ਕੀ ਕਿਹਾ, ਤੁਸੀਂ ਵੀ ਸੁਣੋ। ਇਹੋ ਜਿਹੇ ਪ੍ਰੋਗਰਾਮਾਂ ਦਾ ਬਹੁਤ ਅਸਰ ਪੈਂਦਾ ਬੱਚਿਆਂ 'ਤੇ, ਔਰ ਮੇਰੇ ਖਿਆਲ 'ਚ ਸਭ ਤੋਂ ਨਾਜ਼ੁਕ ਉਮਰ ਹੀ ਸਕੂਲ ਵਾਲੀ ਏਜ ਹੈ ਜਦੋਂ ਬੰਦਾ ਗਲਤ ਰਸਤੇ ਤੁਰਦਾ। ਸੋ ਜੇ ਅਸੀਂ ਆਪਣੇ ਬੱਚੇ ਸੰਭਾਲ ਲਏ, ਆਪਣਾ ਯੂਥ ਸੰਭਾਲ ਲਿਆ, ਤਾਂ ਮੈਨੂੰ ਲੱਗਦਾ ਕਿ 70% ਕੰਮ ਤਾਂ ਅਸੀਂ ਉੱਥੇ ਠੀਕ ਕਰ ਲਿਆ, ਅਤੇ ਬਾਕੀ ਅਵੇਅਰਨੈਸ ਨਾਲ ਸਾਰਿਆਂ ਨੂੰ ਪਤਾ ਲੱਗਦਾ, ਬੱਚਿਆਂ ਨੂੰ ਪਤਾ ਲੱਗਦਾ ਜਦੋਂ ਸਾਰੇ ਮੋਟੀਵੇਸ਼ਨਲ ਸਪੀਕਰਸ ਆਉਂਦੇ ਆ, ਸੈਲੀਬ੍ਰਿਟੀਜ਼ ਆਉਂਦੇ ਆ, ਤਾਂ ਬੱਚਿਆਂ ਨੂੰ ਪਤਾ ਲੱਗਦਾ ਕਿ ਨਸ਼ਾ ਕਿਉਂ ਨਹੀਂ ਕਰਨਾ ਔਰ ਉਹਦੇ ਤੋਂ ਬਚਣਾ ਕਿਵੇਂ ਹੈ। ਇਹ ਸਾਰੀਆਂ ਚੀਜ਼ਾਂ ਦੇ ਨਾਲ ਅਵੇਅਰਨੈਸ ਬਹੁਤ ਆ। ਹਾਂਜੀ, ਹਰ ਬੰਦਾ ਆਪਣੀ ਆਪਣੀ ਡਿਊਟੀ ਪੇ ਕਰ ਰਿਹਾ ਜੀ, ਪੁਲਿਸ ਆਪਣਾ ਕੰਮ ਕਰ ਰਹੀ ਹੈ, ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ, ਔਰ ਮੇਰੇ ਖਿਆਲ ਸੈਲੀਬ੍ਰਿਟੀਜ਼ ਵੀ ਜਿਹਨਾਂ ਨੂੰ ਲੋਕ ਜ਼ਿਆਦਾ ਦੇਖਦੇ ਨੇ ਜਾਂ ਉਹਨਾਂ ਦੀ ਗੱਲ ਜ਼ਿਆਦਾ ਸੁਣਦੇ ਨੇ, ਸੋ ਸੈਲੀਬ੍ਰਿਟੀਜ਼ ਨੂੰ ਵੀ ਇਹਦੇ 'ਚ ਪਾਰਟੀਸਪੇਟ ਕਰ ਰਹੇ ਨੇ, ਸਾਰੇ ਹੀ ਕਰ ਰਹੇ ਨੇ, ਅਤੇ ਸਾਰੇ ਅਸੀਂ ਤਕਰੀਬਨ ਸਾਰੇ ਜ਼ਿਲ੍ਹਿਆਂ ਨੂੰ ਆਪਣੀਆਂ ਆਪਣੀਆਂ ਬਾਈਟਸ ਬਣਾ ਕੇ ਭੇਜੀਆਂ ਨੇ। ਬਹੁਤ ਸਾਰੀਆਂ ਥਾਵਾਂ 'ਤੇ ਅਸੀਂ ਆਪ ਪਹੁੰਚ ਰਹੇ ਹਾਂ ਤਾਂ ਕਿ ਸਾਡਾ ਪੰਜਾਬ ਹੈ, ਸਾਡੇ ਪੰਜਾਬ ਦੇ ਬੱਚੇ ਨਸ਼ਿਆਂ ਤੋਂ ਬਚ ਸਕਣ। ਦੇਖੋ ਜੀ, ਸਭ ਤੋਂ ਵੱਡਾ ਸਹਿਯੋਗ ਅਸੀਂ ਆਪਦੇ ਲਈ ਆਪ ਕਰ ਸਕਦੇ। ਅਸੀਂ ਪੇਰੈਂਟਸ ਨੂੰ ਚਾਹੀਦਾ ਆਪਣੇ ਬੱਚਿਆਂ ਨੂੰ ਸਮਝਾਉਣ, ਦੋਸਤਾਂ ਮਿੱਤਰਾਂ ਨੂੰ, ਹਮ ਉਮਰਾਂ ਨੂੰ, ਤੁਸੀਂ ਇੱਕ ਦੂਜੇ ਨੂੰ ਸੰਭਾਲੋ, ਆਪਣਾ ਆਪ ਸੰਭਾਲੋ, ਫਿਰ ਆਪਣੇ ਆਪ ਸਭ ਠੀਕ ਹੋ ਜਾਏਗਾ। ਅਸੀਂ ਬਲੇਮ ਗੇਮ ਨਾ ਖੇਡੀਏ ਵੀ ਆਹ ਜ਼ਿੰਮੇਵਾਰ ਹੈ, ਇਹ ਜ਼ਿੰਮੇਵਾਰ ਹੈ। ਹਰ ਇੱਕ ਨੂੰ ਪਤਾ ਕਿ ਨਸ਼ਾ ਮਾੜੀ ਚੀਜ਼ ਹੈ, ਹਰ ਇੱਕ ਨੂੰ ਪਤਾ ਕਿ ਇਹ ਵਿਕਣਾ ਨਹੀਂ, ਹਰ ਇੱਕ ਨੂੰ ਪਤਾ ਵੀ ਕੌਣ ਵਿਕਾ ਰਿਹਾ ਜਾਂ ਕੌਣ, ਜਿੱਥੋਂ ਜਿੱਥੋਂ ਪਤਾ ਲੱਗਦਾ ਤੁਸੀਂ ਉਹਨਾਂ ਚੀਜ਼ਾਂ ਨੂੰ ਪੁਆਇੰਟ ਆਊਟ ਕਰੋ। ਪੁਲਿਸ ਨੇ ਆਨਲਾਈਨ ਨੰਬਰ ਜਾਰੀ ਕੀਤੇ,
ਤੁਸੀਂ ਫੋਨ ਤੇ ਤੁਹਾਡਾ ਨਾਮ ਗੁਪਤ ਰੱਖਿਆ ਜਾਏਗਾ, ਤੁਹਾਨੂੰ ਕਿਸੇ ਤੇ ਸ਼ੱਕ ਹੈ ਤੁਸੀਂ ਵੀ ਆਹ ਬੰਦਾ ਨਸ਼ਾ ਕਰਦਾ, ਉਹ ਨਸ਼ਾ ਛਡਾਊ ਕੇਂਦਰ ਨੇ। ਸੋ ਬਹੁਤ ਸਾਰੇ ਰਸਤੇ ਨੇ ਜਿਹਨਾਂ ਤੋਂ ਨਸ਼ੇ ਤੋਂ ਬਚਿਆ ਜਾ ਸਕਦਾ। ਸਾਰੇ ਦੇ ਰਹੇ ਨੇ, ਸਾਰੇ ਦੇ ਰਹੇ ਨੇ। ਅਸੀਂ ਹਰ ਰੋਜ਼, ਮਤਲਬ ਮੈਨੂੰ ਲੱਗਦਾ ਮੈਂ ਇਕੱਲੀ ਮੇਰੀ ਗੱਲ ਨਹੀਂ ਕਰਦਾ, ਇੰਡਸਟਰੀ ਦੇ ਸਾਰੇ ਸਿੰਗਰਸ, ਆਲਮੋਸਟ ਸਾਰੇ ਸੈਲੀਬ੍ਰਿਟੀਜ਼ ਇਹਦੇ 'ਚ ਵੱਧ ਚੜ੍ਹ ਕੇ ਹਿੱਸਾ। ਦੇਖੋ, ਨਸ਼ਿਆਂ ਵਿਰੁੱਧ ਜਾਗਰੂਕਤਾ ਸਮਾਰੋਹ ਅਸੀਂ ਅੱਜ ਇੱਥੇ ਵਾਰ ਮੈਮੋਰੀਅਲ ਅੰਮ੍ਰਿਤਸਰ ਦੇ ਵਿੱਚ ਸਮਾਰੋਹ ਰੱਖਿਆ ਹੈ। ਇਹਦੇ ਵਿੱਚ ਸਾਡੇ ਮਾਣਯੋਗ MLA ਸਾਹਿਬ ਡਾਕਟਰ ਇੰਦਰਵੀਰ ਨਿੱਜਰ ਜੀ, ਹੋਰ ਵੀ ਸਾਡੇ ਪਾਰਟੀ ਦੇ ਅਹੁਦੇਦਾਰ ਸਾਹਿਬਾਨ, ਪੁਲਿਸ ਕਮਿਸ਼ਨਰ ਅੰਮ੍ਰਿਤਸਰ ਭੁੱਲਰ ਸਾਹਿਬ, ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਇੱਥੇ ਇਹ ਡਰਾਈਵ ਜਿਹੜੀ ਆ ਚਲਾਉਣ ਜਾ ਰਹੇ ਹਾਂ। ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਇੱਕ ਸੁਪਨਾ ਹੈ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਕਰਨਾ ਹੈ। ਔਰ ਇਹ ਪਿੱਛੇ ਥੋੜ੍ਹੇ ਸਮਾਂ ਪਹਿਲਾਂ ਉਹ ਖੁਦ ਇੱਥੇ ਆਏ ਵੀ ਸੀਗੇ, ਦਰਬਾਰ ਸਾਹਿਬ ਦੇ ਵਿੱਚ 35,000 ਤੋਂ ਵੱਧ ਬੱਚਿਆਂ ਨੂੰ ਸਹੁੰ ਚੁੱਕ ਸਹੁੰ ਵੀ ਚੁਕਾਈ ਗਈ ਸੀ ਕਿ ਨਸ਼ਿਆਂ ਦੇ ਵਿਰੁੱਧ, ਔਰ ਹੋਪ ਇਨੀਸ਼ੀਏਟਿਵ ਵੀ ਸ਼ੁਰੂ ਕੀਤਾ ਗਿਆ ਸੀਗਾ, ਗੇਮਾਂ ਸ਼ੁਰੂ ਕੀਤੀਆਂ ਗਈਆਂ ਸੀਗੀਆਂ। ਸੋ ਅਸੀਂ ਜਿਹੜਾ ਇੱਕ ਲੋਕਾਂ ਦੇ ਨਾਲ ਪ੍ਰੋਮਿਸ ਕੀਤਾ ਹੋਇਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ, ਸੋ ਉਹਦੇ ਵਿੱਚ ਹੀ ਅੱਗੇ ਵੱਧਦੇ ਹੋਏ ਅਸੀਂ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਆ ਉਹ ਕਰਵਾ ਰਹੇ ਹਾਂ। ਇੱਥੇ ਸਕੂਲਾਂ ਦੇ ਬੱਚੇ, NCC ਦੇ ਕੈਡਿਟਸ, ਸਾਡੀ ਆਮ ਜਨਤਾ, ਸਾਡੇ ਪੁਲਿਸ ਪ੍ਰਸ਼ਾਸਨ, ਜ਼ਿਲ੍ਹਾ ਪ੍ਰਸ਼ਾਸਨ, ਸਾਰੇ ਜਿਹੜੇ ਇੱਥੇ ਪਹੁੰਚੇ ਨੇ, ਅਸੀਂ ਇਹਨਾਂ ਨੂੰ ਇੱਕ ਇੱਕ ਫਲੈਗ ਜਿਹੜਾ ਆ ਸੇ ਨੋ ਟੂ ਡਰੱਗਜ਼ ਦਾ ਜਿਹੜਾ ਦੇ ਰਹੇ ਹਾਂ, ਉਹਦੇ ਨਾਲ ਇਹ ਆਪਦੇ ਘਰਾਂ ਦੇ ਵਿੱਚ ਜਾ ਕੇ ਛੱਤਾਂ ਦੇ ਉੱਤੇ ਇਹ ਫਲੈਗ ਵੀ ਜਿਹੜਾ ਲਹਿਰਾਉਣਗੇ, ਨਾਲ ਦੇ ਨਾਲ ਕੋਈ ਸਟਿੱਕਰ ਪ੍ਰੋਵਾਈਡ ਕਰਾਂਗੇ ਕਿ ਲੋਕ ਆਪਦੇ ਵਹੀਕਲਸ ਦੇ ਪਿੱਛੇ ਜਿਹੜੇ ਉਹ ਸਟਿੱਕਰ ਵੀ ਲਾਉਣ, ਜਿੱਥੇ ਹਰ ਇੱਕ ਦੀ ਨਿਗਾਹ ਪੰਜਾਬ ਦੇ ਵਿੱਚ ਇਹ ਪਵੇ ਕਿ ਸੇ ਨੋ ਟੂ ਡਰੱਗਸ ਜਿਹੜਾ ਪੰਜਾਬ ਦੇ ਵਿੱਚ ਮੁਹਿੰਮ ਚੱਲ ਰਹੀ ਆ। ਔਰ ਅਸੀਂ ਪੂਰੇ ਜਨਤਾ ਤੋਂ ਪੂਰੇ ਸਹਿਯੋਗ ਦੀ ਮੰਗ ਕਰਦੇ ਹਾਂ ਕਿ ਦੇਖੋ, ਇਹ ਕਿਸੇ ਡਰੱਗ ਨੂੰ ਖਤਮ ਕਰਨਾ ਕਿਸੇ ਇੱਕ ਵਿਅਕਤੀ ਦਾ ਕੰਮ ਨਹੀਂ ਆ, ਇਹਦੇ 'ਤੇ ਇਹਨੂੰ ਇਹ ਮਾਸ ਮੂਵਮੈਂਟ ਜਿਹੜਾ ਆ ਉਹ ਬਣਾਉਣਾ ਪਊਗਾ। ਸਾਰੇ ਲੋਕ ਜਿਹੜੇ ਨੇ ਇਹਦੇ ਵਿੱਚ ਸ਼ਮੂਲੀਅਤ ਕਰਨਗੇ, ਫਿਰ ਹੀ ਇਹਦੇ ਵੱਲ ਅਸੀਂ ਸਾਰਥਕ ਕਦਮ ਜਿਹੜੇ ਨੇ ਸਾਡੇ ਅੱਗੇ ਵੱਧ ਸਕਦੇ ਨੇ। ਸੋ ਮੇਰੀ ਅਪੀਲ ਵੀ ਆ ਪੂਰੇ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਕਿ ਉਹ ਵੱਧ ਤੋਂ ਵੱਧ ਇਸ ਡਰਾਈਵ ਦੇ ਵਿੱਚ ਜਿਹੜਾ ਆ ਉਹ ਯੋਗਦਾਨ ਪਾਉਣ ਔਰ ਪੰਜਾਬ ਨੂੰ ਨਸ਼ਾ ਮੁਕਤ ਕਰ ਸਕੀਏ। ਲਗਾਤਾਰ ਉਪਰਾਲੇ ਕਰਦੇ ਵੀ ਆ ਨਸ਼ਾ ਮੁਕਤ ਪੰਜਾਬ ਨੂੰ ਬਣਾਇਆ ਜਾਵੇ, ਪਰ ਸਰ ਕਾਫੀ ਜਿਹੜੀਆਂ ਵੀਡੀਓ ਆ, ਚਾਹੇ ਲੜਕੀਆਂ ਦੀਆਂ ਹੋਣ, ਨਸ਼ੇ ਦੀਆਂ ਬਹੁਤ ਜ਼ਿਆਦਾ ਵੀਡੀਓ ਲੜਕੀਆਂ ਦੀਆਂ ਬਹੁਤ ਜ਼ਿਆਦਾ ਵਧੀਆਂ, ਉਹਦੇ ਵੱਲ ਪੰਜਾਬ ਸਰਕਾਰ ਦਾ ਕੀ ਕਹਿਣਾ ਵਾ, ਪੰਜਾਬ ਸਰਕਾਰ ਕਿੰਨਾ ਕੁ ਕੰਮ ਕਰਦੀ ਹੈ? ਦੇਖੋ, ਜਿਹੜਾ ਇਹ ਨਸ਼ਿਆਂ ਦੀ ਪ੍ਰੋਬਲਮ ਆ ਨਾ, ਇਹ ਇਕਨੋਮਿਕ ਸਟੇਟਸ ਦੇ ਨਾਲ ਵੀ ਜੁੜੀ ਹੋਈ ਆ। ਪਿਛਲੇ 20 ਮਹੀਨਿਆਂ ਦੇ ਵਿੱਚ ਮਾਨ ਸਾਹਿਬ ਦੀ ਸਰਕਾਰ ਨੇ 40,000 ਨੌਕਰੀਆਂ ਜਿਹੜੀਆਂ ਨੇ ਉਹ ਪ੍ਰੋਵਾਈਡ ਕੀਤੀਆਂ ਨੇ। ਸੋ ਅਸੀਂ ਬੇਰੁਜ਼ਗਾਰੀ ਨੂੰ ਵੀ ਨਾਲ ਖਤਮ ਕਰਨਾ ਚਾਹੁੰਦੇ ਹਾਂ, ਕਿਉਂਕਿ ਜਦੋਂ ਕੀ ਕਹਿੰਦੇ ਵਿਹਲਾ ਮਾਨ ਸ਼ੈਤਾਨ ਦਾ ਘਰ, ਜਦੋਂ ਕੋਈ ਕੰਮ ਨਹੀਂ ਹੁੰਦਾ, ਜਦੋਂ ਕੋਈ ਬੱਚੇ ਵਿਹਲੇ ਹੁੰਦੇ ਨੇ ਔਰ ਉੱਤੋਂ ਕੋਈ ਮਾਹੌਲ, ਕਿਉਂਕਿ ਸਾਡੀ ਵੈਸੇ ਬਾਰਡਰ ਸਟੇਟ ਆ, ਕੋਈ ਜਿਹੜਾ ਬਾਰਡਰ ਦੇ ਪਾਰੋਂ ਜਿਹੜਾ ਆ ਸਰਹੱਦ ਦੇ ਅਗਲੇ ਪਾਸਿਓਂ ਵੀ ਡਰੋਨ ਦੇ ਰਾਹੀਂ ਤੁਸੀਂ ਵੀ ਜ਼ਿਆਦਾ ਦੇਖਦੇ ਰਹਿੰਦੇ ਹੋ ਕਿ ਨਸ਼ੇ ਦੀ ਸਪਲਾਈ ਜਿਹੜੀ ਆ ਉੱਧਰੋਂ ਪੰਜਾਬ ਦੇ ਵਿੱਚ ਹੁੰਦੀ ਆ। ਸੋ ਇੱਕ ਬੇਰੁਜ਼ਗਾਰੀ ਕਰਕੇ, ਇੱਕ ਇਸ ਤਰ੍ਹਾਂ ਦੀ ਸਪਲਾਈ ਮਿਲਣ ਕਰਕੇ ਬੱਚੇ ਸਾਡੇ ਉੱਧਰ ਇਨਵੋਲਵ ਹੋ ਜਾਂਦੇ ਨੇ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚਿਆਂ ਨੂੰ ਮੈਰਿਟ ਦੇ ਆਧਾਰ 'ਤੇ ਵੱਧ ਤੋਂ ਵੱਧ ਰੁਜ਼ਗਾਰ ਜਿਹੜਾ ਹੈ ਪੰਜਾਬ ਦੇ ਵਿੱਚ ਮੁਹੱਈਆ ਕੀਤਾ ਜਾਵੇ, ਤਾਂ ਕਿ ਉਹ ਜਿਹੜਾ ਉਹ ਆਪਣੇ ਕੰਮਾਂ ਕਾਰਾਂ 'ਤੇ ਜਾਣ ਔਰ ਨਸ਼ਿਆਂ ਤੋਂ ਛੁਟਕਾਰਾ ਪਾਉਣ। ਪੰਜਾਬ ਦੇ ਮੰਤਰੀ ਹੋ,
ਕ੍ਰਾਈਮ ਲਗਾਤਾਰ ਵੱਧ ਰਿਹਾ ਹੈ। ਜੇ ਅੰਮ੍ਰਿਤਸਰ ਸਿਟੀ ਦੀ ਗੱਲ ਕੀਤੀ ਜਾਵੇ, ਜਿੰਨੀਆਂ ਪੁਲਿਸ ਚੌਂਕੀਆਂ ਸੀ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ, ਅਤੇ ਚੌਂਕੀਆਂ ਬੰਦ ਹੋਣ ਦੇ ਕਾਰਨ ਕਾਫੀ ਜਿਹੜਾ ਇਲਾਕੇ ਦੇ ਵਿੱਚ ਕ੍ਰਾਈਮ ਜਾਂ ਨਸ਼ਾ ਆ ਉਹ ਵਧਿਆ ਹੈ। ਕੀ ਤੁਸੀਂ ਆਪਣੇ ਪੱਧਰ ਤੇ ਕਹਿ ਸਕਦੇ ਕਿ ਜਿਹੜੀਆਂ ਚੌਂਕੀਆਂ ਉਹਨਾਂ ਨੂੰ ਬਹਾਲ ਕੀਤਾ ਜਾਵੇ? ਦੇਖੋ ਦੇਖੋ ਜਿਹੜੀ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਸਰਕਾਰ ਦਾ ਮੁੱਢਲਾ ਫਰਜ਼ ਹੁੰਦਾ ਹੈ, ਔਰ ਬਾਖੂਬੀ ਅਸੀਂ ਆਪਣਾ ਮੁੱਢਲਾ ਫਰਜ਼ ਨਿਭਾ ਰਹੇ ਹਾਂ। ਜਿੱਥੋਂ ਤੱਕ ਕ੍ਰਾਈਮ ਦੀ ਤੁਸੀਂ ਗੱਲ ਕੀਤੀ ਆ, ਜਿੱਥੇ ਵੀ ਕੋਈ ਘਟਨਾ ਵਾਪਰਦੀ ਆ ਅਵਲ ਤਾਂ ਸਾਡੀਆਂ ਏਜੰਸੀਜ਼ ਅਸੀਂ ਪਹਿਲਾਂ ਹੀ ਚਾਹੁੰਦੇ ਹਾਂ ਕਿ ਘਟਨਾ ਨਾ ਵਾਪਰੇ। ਜੇ ਕੋਈ ਘਟਨਾ ਅਨਸੁਖਾਵੀਂ ਵਾਪਰਦੀ ਵੀ ਆ ਤਾਂ ਅਸੀਂ ਸਾਡਾ ਪੁਲਿਸ ਪ੍ਰਸ਼ਾਸਨ ਇਮੀਡੀਏਟਲੀ ਹਰਕਤ ਦੇ ਵਿੱਚ ਆ ਕੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ, ਉਹਨਾਂ 'ਤੇ ਬਣਦੀਆਂ ਜੋ ਸਜ਼ਾਵਾਂ ਨੇ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ, ਜੋ ਕਾਨੂੰਨੀ ਕਾਰਵਾਈ ਆ ਉਹਨਾਂ 'ਤੇ ਕੀਤੀ ਜਾ ਰਹੀ। ਥੈਂਕ ਯੂ। ਸਾਡੇ ਮਾਨਯੋਗ CM ਸਾਹਿਬ ਦਾ ਦੇ ਬੜੇ ਕਲੀਅਰ ਆਰਡਰ ਹੈ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ। ਉਸੇ ਸਿਲਸਿਲੇ 'ਚ ਅਸੀਂ ਅੱਜ ਡਰੱਗ ਅਵੇਅਰਨੈਸ ਕੈਂਪੇਨ ਦਾ ਪ੍ਰੋਗਰਾਮ ਕਰ ਰਹੇ ਹਾਂ। ਕੀਤਾ ਵੀ ਵਾਰ ਮੈਮੋਰੀਅਲ ਜਾ ਰਿਹਾ, ਸੋ ਦੈਟ ਬੱਚਿਆਂ ਨੂੰ ਇੱਕ ਪੈਟਰੀਓਟਿਕ ਆਪਣੇ ਦੇਸ਼ ਭਗਤੀ ਦਾ ਜਜ਼ਬਾ ਆਵੇ। ਔਰ ਇਹ ਆਮ ਪ੍ਰੋਗਰਾਮ ਕੀ ਹੁੰਦੇ ਵੀ ਜਿੱਥੇ ਅਵੇਅਰਨੈਸ ਦਾ ਪ੍ਰੋਗਰਾਮ ਹੋਇਆ ਬਾਹਰ ਨਿਕਲੇ ਭੁੱਲ ਜਾਂਦੇ ਆ, ਤਾਂ ਉਹਦੇ 'ਚ ਹੁਣ ਇਹ ਸਪੈਸ਼ਲ ਜਿਹੜੀ ਅਸੀਂ ਇਹਦੇ 'ਚ ਚੀਜ਼ ਐਡ ਕੀਤੀ ਹੈ, 'ਚ ਫਲੈਗ ਅੱਜ ਰਿਲੀਜ਼ ਹੋਏਗਾ, ਔਰ ਉਹ ਫਲੈਗ ਜਾ ਕੇ ਬੱਚੇ ਆਪਣੇ ਘਰਾਂ 'ਤੇ ਲਵਾਉਣਗੇ ਜਾਂ ਜਿਹੜੇ ਪਾਰਟੀਸਪੈਂਟਸ ਨੇ। ਇਸ ਤੋਂ ਇਲਾਵਾ ਸਟਿੱਕਰ ਆ ਜਿਹੜੇ ਆਪਣੇ ਆਪਣੇ ਵਹੀਕਲ 'ਤੇ ਲਾਉਣਗੇ। ਉਹਦੇ ਨਾਲ ਕੀ ਹੈ ਕਿ ਇਹਦੀ ਸਸਟੇਨੇਬਿਲਟੀ ਲਗਾਤਾਰ ਤਾਂ ਬਣੀ ਰਹੇਗੀ, ਤੁਹਾਨੂੰ ਇੱਕ ਮੁਹਿੰਮ ਦਿਖੇਗੀ। ਔਰ ਇਹ ਚੀਜ਼ਾਂ ਅਸੀਂ ਆਪਣੇ ਆਫਿਸਿਸ ਦੇ ਵਿੱਚ ਥਾਣਿਆਂ 'ਚ ਵੀ ਰੱਖਾਂਗੇ, ਜਿਵੇਂ ਜਿਵੇਂ ਪਬਲਿਕ ਆਉਂਦੀ ਉਹਨਾਂ ਨੂੰ ਮੋਟੀਵੇਟ ਕਰਕੇ ਇਹ ਚੀਜ਼ ਤੁਹਾਨੂੰ ਦਿਖੇਗੀ ਸਾਰੀ ਜਗ੍ਹਾ ਕਿ ਆਹ ਫਲੈਗ ਜੇ ਮੈਂ ਆਪਣੇ ਘਰ ਦੇ ਉੱਤੇ ਲਾ ਲਿਆ, ਐਟਲੀਸਟ ਮੇਰੇ ਮਨ 'ਤੇ ਇੱਕ ਪ੍ਰੈਸ਼ਰ ਆ ਕਿ ਮੈਂ ਨੋ ਟੂ ਡਰੱਗਸ। ਸੋ ਉਸ ਚੀਜ਼ ਨੂੰ ਅਸੀਂ ਮੁੱਖ ਉਦੇਸ਼ ਰੱਖਿਆ। ਇਹ 'ਚ ਬੱਚਿਆਂ ਦੇ ਐਂਟਰਟੇਨਮੈਂਟ ਅਤੇ ਮੋਟੀਵੇਸ਼ਨ ਵਾਸਤੇ ਗੁਰਨਾਮ ਭੁੱਲਰ ਜਿਹੜੇ ਸਿੰਗਰ ਐਂਡ ਐਕਟਰ ਆ ਉਹਨੂੰ ਵੀ ਬੁਲਾਇਆ, ਬਾਕੀ ਸਾਡੇ ਲੀਗਲ ਕੁਛ ਬੰਦੇ ਨੇ, ਡਾਕਟਰ ਸਾਹਿਬ ਦਾ ਇੰਟਰੈਕਟਿਵ ਸੈਸ਼ਨ ਵੀ ਹੈ ਬੱਚਿਆਂ ਨਾਲ ਕਿ ਜੋ ਬੱਚਿਆਂ ਦੇ ਮਨ 'ਚ ਸਵਾਲ ਹੈ, ਜਿਹੜੇ ਇੱਕ ਦੋ ਬੰਦਿਆਂ ਨੇ ਨਸ਼ਾ ਛੱਡਿਆ ਉਹਨਾਂ ਦੀ ਮੋਟੀਵੇਸ਼ਨਲ ਸਪੀਚ ਵੀ ਰੱਖੀ ਹੈ, ਸੋ ਦੈਟ ਕੋ ਕੈਰੀ ਹੋਮ ਕਰੇ ਮੈਸੇਜ ਔਰ ਇਹਦੀ ਜਿਹੜੀ ਮੁਹਿੰਮ ਹੈ ਚੱਲਦੀ ਰਹੇ। ਬਿਲਕੁਲ ਪਏਗਾ ਜੀ। ਦੇਖੋ ਮੈਂ ਇੱਕ ਜਿਵੇਂ ਪਹਿਲਾਂ ਦੱਸਿਆ, ਇਨਫੋਰਸਮੈਂਟ ਇੱਕ ਬਹੁਤ ਛੋਟਾ ਜਿਹਾ ਹਿੱਸਾ ਹੈ ਕਿ ਪੁਲਿਸ ਫੜ ਲੈਂਦੀ ਹੈ ਨਸ਼ਾ, ਹੋਰ ਸਪਲਾਈ ਚੇਨ ਤੋੜਦੀ ਹੈ। ਅਸੀਂ ਡਿਮਾਂਡ ਵੀ ਤੋੜਨੀ ਹੈ, ਉਹਦੇ 'ਚ ਡਾਕਟਰਸ ਨੂੰ ਸਾਰਿਆਂ ਨੂੰ ਅਸੀਂ ਇਸੇ ਕਰਕੇ ਬੁਲਾਇਆ ਕਿਉਂਕਿ ਸੋਸ਼ੋ ਇਕਨੋਮਿਕ ਪ੍ਰੋਬਲਮ ਵੀ ਹੈ ਨਾ, ਤਾਂ ਸੋਸਾਇਟੀ ਦੇ ਸਾਰੇ ਪਾਰਟਸ ਹੀ ਇਹਦੇ 'ਚ ਕੰਟਰੀਬਿਊਟ ਕਰਨ ਵਾਸਤੇ ਕਰਨਗੇ, ਫਿਰ ਇਹਨੂੰ ਆਪਾਂ ਹੋਰ ਕਾਮਯਾਬ ਹੋਵਾਂਗੇ। ਅੰਮ੍ਰਿਤਸਰ ਤੋਂ ਸੁਖਚੈਨ ਸਾਗਰ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ ਦੇ ਲਈ।